ਇਹ ਜੀ ਗੋਬਰ ਜਿਹਨੂੰ ਪੰਜਾਬੀ ਦੇ ਵਿੱਚ ਗੋਹਾ ਵੀ ਸੰਨਿਆ ਜਨਾਬ ਤੇ ਇਹਦੇ ਬੜੇ ਫਾਇਦੇ ਵੀ ਹੁੰਦੇ ਨੇ ਜਨਾਬ। ਇੱਕ ਤਾਂ ਇਹ ਤੁਹਾਨੂੰ ਪਤਾ ਹੈ ਕਿ ਇਹਦੀਆਂ ਥਾਪੀਆਂ ਵਗੈਰਾ ਬਣਦੀਆਂ ਨੇ, ਲੋਕ ਜਿਹੜੇ ਨੇ ਉਹ ਜਨਾਬ ਇਹਨੂੰ ਮਤਲਬ ਕਿ ਜਲਾਉਂਦੇ ਵੀ ਹਨ, ਇਹਦੇ ਤੋਂ ਇੰਧਨ ਵੀ ਹਾਸਲ ਕਰਦੇ ਹਨ ਕੋਈ ਚੀਜ਼ ਗਰਮ ਕਰਨੀ ਹੋਵੇ। ਤੇ ਦੂਸਰਾ ਇਹ ਕਿ ਇਹਦਾ ਫਾਇਦਾ ਜਨਾਬ ਅਸੀਂ ਸਟਾਕ ਕਰਨੇ ਆ ਤੇ ਅਸੀਂ ਜਨਾਬ ਜਿਹੜਾ ਹੈ ਕਿ ਇਹਨੂੰ ਅਸੀਂ ਮਤਲਬ ਕਿ ਜ਼ਮੀਨ ਦੇ ਵਿੱਚ ਇਸਤੇਮਾਲ ਕਰਨੇ ਆ, ਜਿਵੇਂ ਖਾਦ DAP ਹੋ ਗਿਆ ਜਾਂ ਦੂਸਰੀਆਂ ਜਿਹੜੀ ਰੋਜ਼ਮਰਾ ਦੀ ਜਿਹੜੀ ਚੀਜ਼ਾਂ ਅਸੀਂ ਜ਼ਮੀਨ ਦੇ ਵਿੱਚ ਇਸਤੇਮਾਲ ਕਰਨੇ ਇਹ ਬੈਕਟੀਰੀਆ ਪੈਦਾ ਕਰਦੀ ਹੈ, ਇਹਦੇ ਨਾਲ ਜ਼ਮੀਨ 'ਚ ਬੜੀ ਜ਼ਰਖੇਜ਼ੀ ਹੁੰਦੀ ਹੈ ਔਰ ਇਹ ਇੱਕ ਬਹੁਤ ਅੱਛਾ ਜਿਹੜਾ ਹੈ ਜ਼ਰਾਤ ਵਾਸਤੇ ਆਪਣੀਆਂ ਫਸਲਾਂ ਦੀ ਅੱਛੀ ਪੈਦਾਵਾਰ ਲੈਣ ਵਾਸਤੇ ਇੱਕ ਬਹੁਤ ਅੱਛੀ ਚੀਜ਼ ਹੈ ਜੀ ਇਹ ਜਿਹੜਾ ਗੋਬਰ ਹੈ।